ਤਾਂ ਈਸਾਈ ਜਿਹੜੇ ਨੇ ਉਹ ਵੀ ਖਿਡਾਈ ਜਾਂਦੇ ਆ ਗੁਰਦਾਸਪੁਰ ਅੰਮ੍ਰਿਤਸਰ ਬਟਾਲੇ ਵੱਲ। ਅਸੀਂ ਤਾਂ ਬਾਹਰ ਗਏ ਹਾਂ, ਚਰਚਾਂ ਦੇ ਵਿੱਚ ਕਦੇ ਇਹੋ ਜਿਹਾ ਕੁਛ ਨਹੀਂ ਕਰਦੇ ਅੰਗਰੇਜ਼ ਲੋਕ ਜਿਹੜੇ ਨੇ। ਇਹ ਤਾਂ ਪਖੰਡੀ ਨੇ, ਉਹਨਾਂ ਨੂੰ ਪਤਾ ਵੀ ਜਿਹੜੀ ਹਿੰਦੁਸਤਾਨ ਦੀ ਪੰਜਾਬ ਦੀ ਜਨਤਾ ਹੈ ਇਹ ਉੱਦਾਂ ਕਿੱਥੇ ਮੰਨਦੀ ਹੈ। ਜੇ ਇਹਨਾਂ ਨੂੰ ਆਖੋ ਕਿ ਵਾਲ ਖਿਲਾਰ ਕੇ ਖੇਡੋ ਤੁਹਾਡੇ 'ਚ ਭੂਤ ਆ ਗਿਆ, ਫਿਰ ਮੰਨਣਗੇ। ਉਹ ਫਿਰ 20-50 ਬੀਬੀਆਂ ਪਹਿਲਾਂ ਹੀ ਤਿਆਰ ਕੀਤੀਆਂ ਹੁੰਦੀਆਂ ਵੀ ਲੈ ਮੈਂ ਤੈਨੂੰ ਇੱਦਾਂ ਹੱਥ ਲਾਉਣਾ, ਤੂੰ ਨਾਲ ਦੀ ਨਾਲ ਖੇਡਣ ਲੱਗ ਜਾਣਾ ਵੀ ਲਓ ਭੂਤ ਆ ਗਿਆ, ਸ਼ੈਤਾਨ ਨਿਕਲ ਚੱਲਿਆ ਤੇਰੇ ਤੇ। ਉਹ ਪਹਿਲਾਂ ਹੀ ਫਿਕਸ ਮੈਚ ਹੁੰਦੇ ਨੇ, ਫਿਕਸ ਕੀਤੇ ਹੁੰਦੇ ਆ ਪਹਿਲਾਂ ਹੀ, ਮਤਲਬ ਵੀ ਤੇਰੇ ਹੱਥ ਲਾਇਆ ਤੂੰ ਉਦੋਂ ਹੀ ਖੇਡਣ ਲੱਗ ਜਾਣਾ। ਬਸ ਫਿਰ ਲਾਈ ਲੱਗਦਾ ਇੱਕ ਦੇ ਪਿੱਛੇ ਦੂਜਾ, ਦੂਜੇ ਦੇ ਪਿੱਛੇ ਤੀਜਾ, 20 ਲੱਗੇ ਤਾਂ ਸਾਰੇ ਨਹੀਂ ਲੱਗ ਜਾਣਾ, ਕਿਉਂਕਿ ਜੇ ਕੋਈ ਇੱਕ ਰਹਿ ਗਿਆ ਤਾਂ ਉਹਨੇ ਸੋਚਣਾ ਵੀ ਮੈਂ ਤਾਂ ਨਹੀਂ ਲੱਗਿਆ, ਕਿਤੇ ਮੈਂ ਬਹੁਤਾ ਪਾਪੀ ਨਾ ਹੋਵਾਂ, ਕਿਤੇ ਮੈਨੂੰ ਬਹੁਤਾ ਵੱਡਾ ਕੋਈ ਜਿੰਨ ਨਾ ਚੰਬੜਿਆ ਹੋਵੇ, ਵੀ ਜਿਹੜਾ ਇਹਦੇ ਤੋਂ ਵੀ ਨਹੀਂ ਕਾਬੂ ਆਇਆ। ਆਹ ਸਾਰੇ ਤਾਂ ਵੇਖੋ ਇਹਨਾਂ 'ਚ ਜਿੰਨ ਆ ਕੇ ਖੇਡਣ ਲੱਗ ਗਏ, ਵੀ ਮੈਨੂੰ ਕੋਈ ਬਹੁਤਾ ਵੱਡਾ ਜਿੰਦ ਨਾ ਚੁੰਬੜਿਆ ਹੋਵੇ, ਮੈਂ ਇੱਥੇ ਖੇਡਣ ਉਹ ਧੱਕੇ ਨਾਲ ਹੀ ਲੱਗ ਜਾਂਦਾ। ਸਾਰੇ ਲੱਗੇ ਤਾਂ ਧੱਕੇ ਦੇ ਨਾਲ ਹੀ ਹੋਏ ਨੇ। ਇਹਨੂੰ ਖੇਡਣਾ ਨਹੀਂ ਕਹਿੰਦੇ ਇਹਨੂੰ। ਆਜ ਹਮਾਰੇ ਬਣੇ ਫਾਗ, ਪ੍ਰਭ ਸੰਗੀ ਮਿਲ ਖੇਲਣ ਲਾਗ, ਸਾਧ ਸੰਗਤ ਦੇ ਵਿੱਚ ਆ ਕੇ ਸਾਡਾ ਮਨ ਖੇਡਣ ਲੱਗਿਆ, ਭਾਵ ਸਾਡਾ ਮਨ ਖੁਸ਼ੀ ਦੇ ਘਰ ਦੇ ਵਿੱਚ ਆਇਆ, ਮਨ ਪ੍ਰਸੰਨ ਹੋਇਆ ਸਾਧ ਸੰਗਤ ਦੇ ਵਿੱਚ ਆ ਕੇ। ਹੋਲੀ ਕੀਨੀ ਸੰਤ ਸੇਵ, ਬਾਲਟੀ 'ਚ ਰੰਗ ਨਹੀਂ ਘੋਲਿਆ, ਕਹਿੰਦੇ ਹੋਲੀ ਕੀਨੀ ਸੰਤ ਸੇਵ। ਹੋਲੀ ਆਈ ਕਹਿੰਦੇ ਸਾਧੂਆਂ ਦੀ ਸੇਵਾ ਕੀਤੀ, ਰੰਗ ਲਾਗਾ ਅਤ ਲਾਲ ਦੇਵ। ਲਾਲ ਰੰਗ ਪ੍ਰੇਮ ਦਾ ਹੁੰਦਾ, ਤਾਂ ਹੀ ਬੀਬੀਆਂ ਦਾ ਜਦੋਂ ਵਿਆਹ ਹੁੰਦਾ ਤੇ ਉਹਨਾਂ ਨੂੰ ਲਾਲ ਰੰਗ ਦੇ ਕੱਪੜੇ ਪਹਿਨਾਏ ਜਾਂਦੇ। ਲਾਲ ਪ੍ਰੇਮ ਦਾ ਰੰਗ ਹੁੰਦਾ, ਪ੍ਰੇਮ ਦਾ ਰੰਗ ਲਾਗਾ ਅਤ ਲਾਲ ਦੇਵ। ਗੁਰੂ ਦੇ ਨਾਲ ਭਾਈ ਪਿਆਰ ਪੈਦਾ ਹੋ ਗਿਆ, ਗੁਰੂ ਦੇ ਨਾਲ ਪ੍ਰੇਮ ਪੈਦਾ ਹੋ ਗਿਆ, ਇਹ ਰੰਗ ਲੱਗਿਆ। ਤੇ ਇਹ ਰੰਗ ਇਹੋ ਜਿਹਾ ਕੱਪੜੇ ਸਾਡੇ ਛਿੱਜ ਜਾਂਦੇ ਹੈ, ਆ ਬਾਕੀ ਦੇ ਰੰਗ ਲੈ ਜਾਂਦੇ ਹੈ, ਘਰਾਂ ਨੂੰ ਕੀਤੇ ਰੰਗ, ਕਾਰਾਂ ਨੂੰ ਕੀਤੇ ਰੰਗ ਖਰਾਬ ਹੋ ਜਾਂਦੇ ਹੈ, ਪਰ ਮਨ ਆਤਮਾ 'ਤੇ ਜਿਹੜਾ ਰੰਗ ਚੜ੍ਹਿਆ ਹੁੰਦਾ ਨਾ ਗੁਰੂ ਕੇ ਪ੍ਰੇਮ ਦਾ, ਇਹ ਤਨ ਛਿੱਜ ਜਾਵੇ, ਤਨ ਖਤਮ ਹੋ ਜਾਵੇ, ਸਰੀਰ ਖਤਮ ਹੋ ਜਾਵੇ, ਇਹ ਰੰਗ ਫਿਰ ਵੀ ਨਹੀਂ ਉਤਰਦਾ।